ਸਲਾਮ ਅਲੈਕਮ ਕੀ ਹਾਲ ਚਾਲ ਹੈ ਜੀ ਸਾਰੇ ਭਰਾਵਾਂ ਦਾ ਲਾਈਵ ਵਿਦ ਹੈਦਰ ਦੇ ਨਾਲ ਹੈਦਰ ਇੱਕ ਵਾਰੀ ਫਿਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੇ ਯਾਰ ਇੱਕ ਛੋਟਾ ਜਿਹਾ ਫੈਸਲਾ ਕੀਤਾ ਤੁਹਾਡੇ ਭਰਾ ਨੇ ਛੋਟਾ ਕੀ ਵੱਡਾ ਹੀ ਫੈਸਲਾ ਹੈ ਉਹ ਇਹ ਕਿ ਅੱਜ ਤੋਂ ਬਾਅਦ ਆਪਾਂ ਵਲੋਗਿੰਗ ਕਰਿਆ ਕਰਨੀ ਪੰਜਾਬੀ ਦੇ ਵਿੱਚ ਠੀਕ ਹੈ ਪੰਜਾਬੀ ਦੇ ਵਿੱਚ ਵਲੋਗਿੰਗ ਕਰਨਾ ਜਿਹੜਾ ਮਕਸਦ ਹੋਏ ਕਿ ਯਾਰ ਹਰ ਬੰਦਾ ਇਹ ਕਹਿੰਦਾ ਕਿ ਤੈਨੂੰ ਪੰਜਾਬੀ ਜ਼ਰਾ ਸੂਟ ਕਰਦੀ ਏ ਆਪਾਂ ਉਂਝ ਵੀ ਯਾਰ ਜ਼ਰਾ ਜੱਟ ਘਟਕੇ ਦੇ ਬੰਦੇ ਆ ਤੇ ਜ਼ਿਆਦਾ ਹੀ ਤਮੀਜ਼ਾਂ ਉਰਦੂ ਦੇ ਵਿੱਚ ਨਾ ਮੈਨੂੰ ਆਬ ਜਰਾ ਹੋਰ ਤਰ੍ਹਾਂ ਹੀ ਹੁੰਦੀ ਸੀ ਯਾਰ ਵੀ ਬੰਦਾ ਨਾ ਖੱਪ ਖੱਪ ਕਰਦਾ ਯਾਰਾਂ ਬਿਲੀਆਂ ਨਾ ਉਰਦੂ ਦੇ ਵਿੱਚ ਉਹ ਚਾਸ ਨਹੀਂ ਆਂਦੀ ਯਾਰ ਤੇ ਸੋਚਿਆ ਪੰਜਾਬੀ ਦੇ ਵਿੱਚ ਆਪਾਂ ਇਨਸ਼ਾਅੱਲਾ ਹੁਣ ਜਿਹੜਾ ਕਿ ਕੰਟੈਂਟ ਹੋਏਗਾ ਪੰਜਾਬੀ ਦੇ ਵਿੱਚ ਤੁਹਾਨੂੰ ਦਿਖਾਇਆ ਕਰਾਂਗੇ ਭਰਾ ਤੁਹਾਡੇ ਨੇ ਹੁਣੇ ਜਰਾ ਕਟਿੰਗ ਸ਼ਟਿੰਗ ਕਰਾਈਏ ਜਰਾ ਮੱਛਾ ਮੱਛਾਂ ਦੀ ਸੈਟਿੰਗ ਕਰਾਈਏ ਵਾਲ ਛਾਲ ਠੀਕ ਕਰਵਾਏ ਨੇ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਕੰਟੈਂਟ ਏ ਵੀਡੀਓ ਦਾ ਉਹ ਏ ਕਿ ਭਰਾ ਤੁਹਾਡਾ ਜਾ ਰਿਹਾ ਜਿਮ ਕਿਆ ਬਾਤ ਹੈ ਹੈ ਕਿਆ ਬਾਤ ਹੈ ਜਿਮ ਜਾਇਨ ਕਰ ਲਈਏ ਭਾਈ ਜੀ ਉਹਦਾ ਕੀ ਸੀਗਾ ਮਕਸਦ ਤੇ ਉਹਦਾ ਕੀ ਯਾਰ ਕਿ ਤੁਹਾਡਾ ਭਰਾ ਆਪ ਇੱਕ ਪ੍ਰੋਫੈਸ਼ਨਲ ਟ੍ਰੇਨਰ ਹੈ ਅਲਹਮਦੁਲਿਲਾ ਲੇਕਿਨ ਇਹ तकरीबन ਕੋਈ ਸਾਲ ਤੋਂ ਉੱਪਰ ਹੀ ਹੋ ਗਏ ਕਦੀ ਕੋਈ ਐਕਸਰਸਾਈਜ਼ ਕੋਈ ਇਦਾਂ ਦਾ ਕੰਮ ਸ਼ਾਮ ਨਹੀਂ ਕੀਤਾ ਮੂੰਹ ਦੇ ਵਿੱਚ ਵਾਲ ਵੜਨਦੇ ਆ ਯਾਰ ਨਾਈ ਵੀ ਬਸ ਵੀ ਤੂੰ ਵਾਲ ਤੇ ਸਾਫ ਕਰ ਚਲੋ خیر ਤੇ ਯਾਰ ਆਪਾਂ ਹੁਣ ਇਨਸ਼ਾਅੱਲਾ ਜਿਮ-ਸ਼ਿਮ ਜਾਇਆ ਕਰਾਂਗੇ ਜ਼ਰਾ ਉੱਥੇ ਵੀਡੀਓ-ਸ਼ਿਡੀਓ ਬਣਾਇਆ ਕਰਾਂਗੇ ਠੀਕ ਹੋ ਗਿਆ ਜਿਮ ਵਿੱਚ ਅੱਜ ਆਪਾਂ ਹੈਗਾ ਜੀ ਪਹਿਲਾ ਦਿਨ ਤਕਰੀਬਨ ਸਵਾ ਪੰਜ ਹੋ ਰਹੇ ਨੇ 5 ਵਜੇ ਤੋਂ ਲੈ ਕੇ 9-10 ਵਜੇ ਤੱਕ ਉਹਦਾ ਟਾਈਮ ਹੁੰਦਾ ਆਪਾਂ ਹੁਣੇ ਚਲੇ ਜਾਣਾ ਹੈ ਤਾਂ ਕਿ ਉੱਥੇ ਕੋਈ ਹੋਰ ਬੰਦਾ ਵੀ ਨਾ ਹੋਵੇ ਤੇ ਆਪਾਂ ਕੱਲੇ ਹੋਈਏ ਤੇ ਜ਼ਰਾ ਮਸ਼ੀਨਾਂ-ਮਸ਼ੂਨਾਂ ਚੱਕੀਏ ਮਾਰੀਏ ਥੱਲੇ ਤੇ ਬਸ ਆ ਜੀ ਇਹ ਕਰਕੇ ਤੇ ਬਾਕੀ ਯਾਰ ਆਪਾਂ ਸਿਰਫ ਫਿਟ ਫੁੱਟ ਰਹਿਣ ਵਾਸਤੇ ਜਿਮ ਜਾਇਨ ਕਰਨੀ ਆ ਡੋਲੇ ਛੋਲੇ ਆਪਣੇ ਕੀ ਬਣਨੇ ਆ ਦਵਾ ਕਰਿਓ ਜਿਮ ਰਾਸ ਆ ਜਾਵੇ ਕਿ ਜਿਆਦਾ ਮਸ਼ੀਨਾ ਚੱਕਣਾ ਇੰਨੀ ਕਿ ਵੀ ਬੂਥੀ ਨਾ ਉੜ ਜਾਵੇ ਯਾਰ ਮੈਲਸੀ ਸ਼ਹਿਰ ਦੇ ਵਿੱਚ ਬੜੀਆਂ ਜਿਮਾਂ ਆ ਯਾਰ ਮਤਲਬ ਕਿ ਜਿਮ ਸ਼ਿਮ ਜਿਮ ਖਾਨੇ ਬਹੁਤ ਜਿਆਦਾ ਨਹੀਂ ਲੇਕਿਨ ਇੱਥੇ ਜਿਹੜੇ ਹੈਗਾ ਨਾ ਸਰਕਾਰੀ ਜਿਮ ਮਤਲਬ ਕਿ ਜਿੱਥੇ ਤਹਿਸੀਲ ਸਪੋਰਟਸ ਅਫਸਰ ਬਿੰਦਾ ਏ ਠੀਕ ਹੈ ਉੱਥੇ ਜਾ ਰਹੇ ਆ ਉਹ ਤਕਰੀਬਨ ਇੱਥੇ ਮੋਬਾਈਲ ਮਾਰਕੀਟ ਹੈ ਉਹਦੇ ਵਿੱਚ ਬਹੁਤ ਕਾਫੀ ਵੱਡਾ ਹੈ ਸਪੋਰਟਸ ਕੰਪਲੈਕਸ ਉਹਦੇ ਵਿੱਚ ਤੇ ਆਪਾਂ ਚੱਲਦੇ ਆਂ ਇਨਸ਼ਾ ਨਾ ਆਕੇ ਤੇ ਫਿਰ ਆਪਾਂ ਚੱਲਦੇ ਆਪਾਂ ਤੁਹਾਨੂੰ ਜਾ ਕੇ ਜਿਮਨੇਜ਼ੀਅਮ ਵਗੈਰਾ ਵੀ ਸਾਰਾ ਦਿਖਾਵਾਂਗੇ ਜਿਹੜਾ ਸਪੋਰਟਸ ਕੰਪਲੈਕਸ ਹੈ ਐਮਐਲਸੀ ਦਾ ਤੇ ਜਿਮ ਵੀ ਤੁਹਾਨੂੰ ਦਿਖਾਣੇ ਇਨਸ਼ਾਅੱਲਾ ਚਲੋ ਚੱਲਦੇ ਆ ਜੀ ਯਾਰ ਆ ਬੰਦੇ ਨੂੰ ਵੀ ਕਹੋ ਯਾਰ ਇਹ ਵੀ ਮੇਰੇ ਨਾਲ ਜਾਵੇ ਯਾਰ ਦੇਖਿਓ ਵਿਚਾਰਾ ਸ਼ਾਜੀ ਚਲੋ ਯਾਰ ਨਹੀਂ ਯਾਰ ਪੰਜਾਬੀ ਚ ਬੋਲ ਨਾ ਯਾਰ ਨਹੀਂ ਯਾਰ ਨਹੀਂ ਹੁੰਦਾ ਬੋਲੋ ਮੈਂ ਨਹੀਂ ਜਾ ਰਿਹਾ ਮੈਂ ਨਹੀਂ ਜਾ ਰਿਹਾ ਯਾਰ ਇਹ ਦਰਸਲ ਸਿੰਧ ਮਾਣੂ ਐ ਇਹਨਾਂ ਨੂੰ ਪੰਜਾਬੀ ਦੀ ਸਮਝ ਆ ਜਾਂਦੀ ਏ ਪੰਜਾਬੀ ਬੋਲ ਨਹੀਂ ਸਕਦੇ अच्छा यार सोचया एकਾ डब्बी रख लिए एयरबड्स वाली चलो बंदा यार किते कन्ने नु हैंड फ्री ला लेंडा उथे गाने छाने सुन लेंडा बटवा ਛਟਵਾ ਵੀ ਰਖੀਏ ਤੇ ਇਹ ਆਪਣਾ ਦੂਸਰਾ ਸ਼ਹਾਦਾ ਪਿਆ ਮੋਬਾਈਲ ਇਹਨੂੰ ਵੀ ਇਹਦੇ ਵਿੱਚ ਰਖੀਏ ਬੈਗ ਦੇ ਵਿੱਚ ਖੁੱਲ ਜਾ আচ্ছা ਜੀ ਇਹ ਵੀ ਗਿਆ ਇਹਦੇ ਵਿੱਚ ਤੇ ਇਹਦੀ ਜ਼ਿੱਪ ਕੀਤੀ ਬੰਦ ਅੱਛਾ ਯਾਰ ਆ ਆਪਣਾ ਛੋਟਾ ਜਿਹਾ ਸੈਟਅਪ ਬਣਾਇਆ ਆਪਾਂ ਆਪਣਾ ਜਿਮ ਜਾਣ ਵਾਸਤੇ ਤੇ ਲੋਕਾਂ ਦੇ ਹੁੰਦੇ ਆ ਡੋਲੇ ਸਾਡੀਆਂ ਆ ਡੋਲੀਆਂ ਵਾ ਲੋਕਾਂ ਦੇ ਮਸਲ ਹੁੰਦੇ ਆ ਸਾਡੇ ਮਸਾਇਲ ਆ ਲੇਕਿਨ ਆ ਦੇਖ ਲੋ ਇਹਨਾਂ ਨੂੰ ਅੱਜ ਆਖਰੀ ਵਾਰੀ ਦੇਖ ਲੋ ਇਨਸ਼ਾਅੱਲਾ ਬਹੁਤ ਜਲਦੀ ਗਾਇਬ ਹੋਣ ਵਾਲੇ ਆ ਆਪਾਂ ਅੱਲਾ ਦੇ ਹੁਕਮ ਨਾਲ ਇਹਨਾਂ 'ਚ ਐਸਾ ਚੇਂਜ ਲਿਆਵਾਂਗੇ ਇੰਨੇ ਨਹੀਂ ਥੋੜੇ ਜਿ ਕਰਾਂਗੇ ਪਹਿਲਾਂ ਦੇਣਾ ਯਾਰ ਅੱਜ ਜਰਾ ਹਲਕਾ ਹਲਕਾ ਕੰਮ ਰੱਖਾਂਗੇ ਤੇ ਤੁਹਾਨੂੰ ਜਾ ਕੇ ਦਿਖਾਨੇ ਐਕਸਟ੍ਰੇਜ ਵਗੈਰਾ ਤੇ ਆਪਣਾ ਸੈਟਅਪ ਪਾਣੀ ਦੀ ਬੋਤਲ ਚੱਕਣੀ ਅੰਦਰ ਤੇ ਫਿਰ ਚੱਲਦੇ ਇਨਸ਼ਾਅੱਲਾ ਬਾਈ ਆਪਣਾ ਮੋਟਰਸਾਈਕਲ ਖੜਾ ਆਪਣਾ ਇੰਤਜ਼ਾਰ ਕਰ ਰਿਹਾ ਅਸੀਂ ਸਕੂਲ ਤੋਂ ਆ ਗਏ ਆ ਬਾਹਰ ਪਾਣੀ ਦੀ ਬੋਤਲ ਵੀ ਯਾਰ ਇੱਕ ਭਰ ਲਈਏ ਤੇ ਹੁਣ ਆਪਾਂ ਚੱਲਦੇ ਆ ਜੀ ਮੈਲਸੀ ਦੇ ਸਪੋਰਟਸ ਕੰਪਲੈਕਸ ਵਾਲੀ ਤਰਫ ਜਿੱਥੇ ਆਪਣਾ ਜਿਮ ਹੈ ਇਹ ਵਾਲਾ ਯਾਰ ਮੈਲਸੀ ਦਾ ਸਪੋਰਟਸ ਕੰਪਲੈਕਸ ਤੇ ਹੈ ਸਾਹਮਣੇ ਬੱਚੇ ਖੇល ਰਹੇ ਨੇ ਹਾਕੀ ਇਹ ਇਹ ਜੀ ਸਪੋਰਟਸ ਕੰਪਲੈਕਸ ਇਹ ਇਨਸਟੈਂਟਰੀ ਯਾਰ ਇਹ ਹੈ ਜੀ ਮਿਲਸੀ ਦੀ ਜਿਮ ਫਿਲਹਾਲ ਸਿਆਫਾ ਚਾਰ ਬੰਦੇ ਆਏ ਹੋ ਨੇ ਇੱਥੇ ਨਜ਼ੀਰ ਭਾਈ ਇਹ ਬਾਈ ਹੁਣੀ ਯਾਰ ਤੁਸੀਂ ਜਾਣਦੇ ਹੋਣੇ ਕਰਾਚੀੋਂ ਕਲਰਿਕ ਨੇ ਆਪਣੇ ਵਾਰਮ ਅਪ ਕਰਦੇ ਆਂ ਥੋੜੀ ਦੇਰ ਸ਼ੇਰ ਇਨਸ਼ਾਅੱਲਾ ਲਾਣੇ ਆਂ ਗੇ ਅਮ ਸ਼ਮ ਜੇ ਹੋ ਸਕੇ ਤੁਹਾਨੂੰ ਵੀਡੀਓ ਸ਼ੂਟੀਆਂ ਦਿਖਾਵਾਂਗੇ ਯਾਰ ਯਾਰ ਇਹ ਵਾਲੀ ਜਿਮ ਨੇ ਉਹਨੂੰ ਜਿੰਮ ਦੇ ਦਰੋਂ ਥੋੜਾ ਗੇਜ਼ਟ ਕਰਾ ਦਈਏ ਇਹ ਦਰ ਇਧਰ ਡੰਬਲ ਸ਼ੰਬਲ ਪਏ ਨੇ ਹਰ ਕੈਟੇਗਰੀ ਦੇ ਆਨੇ ਵਿੱਚ ਕੋਈ 2 ਕਿਲੋ 1 ਕਿਲੋ 10 ਕਿਲੋ ਤੇ ਲੈ ਕੇ 5 5 ਕਿਲੋ ਤੱਕ ਮੇਰਾ ਖਿਆਲ ਹੈ ਕਿ 10 ਕਿਲੋ ਤੱਕ ਵੀ ਹੋਣੇ ਨੇ ਠੀਕ ਹੈ ਜੀ ਤੇ ਫੇਲਾ ਜਿੰਮ ਵਿੱਚ ਕੋਈ ਖਾਸ ਰਸਨੀ ਹੈ ਸਿਰਫ ਦੋ ਬਾਈ ਕਰ ਰਹੇ ਨੇ ਤੇ ਮੇਰਾ ਖਿਆਲ ਹੈ ਇਧਰ ਇਹ ਚੈਂਜਿੰਗ ਰੂਮ ਕਿਹ ਲੋ ਇਹ ਇੱਥੇ ਵਾਸ਼ਰੂਮ ਨੇ ਹਕੂਮਤ ਦਾ ਸੈਂਟਰ ਤੇ ਯਾਰ ਬੜਾ ਅੱਛਾ ਹੈ ਜੀ ਆਵਾਮ ਆਂਦੀ ਨਹੀਂ ਇੱਥੇ ਤੇ ਆਪਾਂ ਥੋੜਾ ਜਿਹਾ ਵਾਰਮ ਅਪ ਕੀਤਾ ਯਾਰ ਤੇ ਕੋਈ ਥੋੜੀ ਬਹੁਤ ਐਕਸਰਸਾਈਜ਼ ਕੀਤੀ ਹੈ ਕਿਉਂਕਿ ਪਹਿਲਾ ਦਿਨ ਸੀ ਅੱਜ ਤੇ ਕੋਈ ਡਾ ਖਾਸ ਕੰਮ ਸ਼ਮ ਨਹੀਂ ਕੀਤਾ ਥੋੜਾ ਬਹੁਤਾ ਵਜ਼ਨ ਚੱਕਿਆ ਹੈ ਕੀ ਬਾਤ ਹੈ ਕੀ ਬਾਤ ਹੈ ਲੈ ਭਾਈ ਅਖੀਰ ਕਰ ਦਿਆਂਗੇ ਅਖੀਰ ਕਰ ਦਿਆਂਗੇ ਇਨਸ਼ਾਅੱਲਾ ਭਾਈ ਵੀ ਆਪਣਾ ਦਿਖਾ ਦਈਏ ਤੁਹਾਨੂੰ ਯਾਰ ਜ਼ਰਾ ਬਾਈ ਕੀ ਕਰ ਰਿਹਾ ਦੇਖੋ ਜੀ ਬਾਈ ਦਾ ਹੈਗਾ ਸਵੈਗ ਬਾਈ ਕੀ ਕਰ ਰਿਹਾ ਹੁਣ ਕੁਛ ਨਹੀਂ ਕਰਦੇ ਵਖਤਮ ਹੋ ਗਿਆ ਇਹ ਮੈਸੇਜ ਬਾਈ ਵੀ ਲੈਸੀ ਜਰਾ ਨਾ ਹਲਕੀ ਫੁਲਕੀ ਕਰ ਰਿਹਾ ਐਕਸਰਸਾਈਜ਼ ਹੁਣ ਆਪਾਂ ਥੋੜੇ ਬੋਧੇ ਕੋਈ ਹਲਕੀ ਫੁਲਕੀ ਐਕਸਰਸਾਈਜ਼ ਦੇ ਸੈਟ ਲਾਈਏ ਤੇ ਆਪਾਂ ਹੁਣ ਚਲੀਏ ਵਾਪਸ ਕਿ ਮਗਰਬ ਦੀ ਅਜ਼ਾਨ ਆਉਣ ਲੱਗ ਪਈ ਹੈ ਕੱਲ ਤੋਂ ਇਨਸ਼ਾਅੱਲਾ ਪ੍ਰੋਪਰ ਇੱਕ ਨਿਦਾਮ ਰੱਖਾਂਗੇ ਕਿ ਇੱਕ ਦਿਨ ਆ ਇੱਕ ਦਿਨ ਚੈਸਟ ਦਾ ਇੱਕ ਦਿਨ ਫਿਰ ਟਰਾਈਸੈਪ ਬਾਈਸੈਪ ਦਾ ਇੱਕ ਦਿਨ ਤੇ ਹੁਣ ਜਰਾ ਬਸ ਥੋੜਾ ਬਹੁਤ ਲਾਈਏ ਤੇ ਚੱਲਦੇ ਆ ਯਾਰ ਬਿਲਕੁਲ ਲਾਈਟ ਵਜ਼ਨ ਵਾਲੀ ਐਕਸਰਸਾਈਜ਼ ਤੁਹਾਨੂੰ ਮੈਂ ਦੱਸਿਆ ਨਾ ਪਹਿਲੇ ਕੀਤੀ ਸਿਰਫ ਐ ਆ ਵਾਲਾ 바ਰ ਇਹ ਇਕੱਲਾ ਹੀ ਚੱਕਿਆ ਤਿੰਨ ਸੈਟ ਇਹਦੇ ਲਾਏ ਨੇ ਠੀਕ ਹੋ ਗਿਆ ਜੀ ਫਿਰ ਬਾਈਸੈਪਸ ਵਾਸਤੇ ਤਾਂ ਕਿ ਆਪਣੇ ਜਿਹੜੇ ਮਸਲ ਦੇ ਨੇ ਉਹ ਇੱਕ ਦਫਾ ਇਹ ਆਦਤ ਉਹਨਾਂ ਨੂੰ ਬਣ ਜਾਂਦੇ ਵਜ਼ਨ ਚੱਕਣ ਯਾਰ ਜਿਹੜੇ ਦੋ ਛੋਟੇ ਪਏ ਨੇ ਇਹ ਚੱਕੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਤੇ ਆਪਣੀ ਲੱਤਾਂ ਦੀ ਇਹਦੇ ਤੇ ਸ਼ੋਲਡਰ ਦੀ ਚੈਸਟ ਦੀ ਥੋੜੀ ਬਹੁਤ ਲਾਈ ਹੈ ਤੇ ਹੁਣ ਬਸ ਆਪਾਂ ਇੱਕ ਦੋ ਹੋਰ ਲੈ ਲੈਨੇ ਸੈਟ ਇਹਦੇ ਆਪਾਂ ਇਨਸ਼ਾਅੱਲਾ ਹੁਣ ਫਿਰ ਚੱਲਦੇ ਆਂ ਵਾਪਿਸ ਬਿਲਕੁਲ ਲੋ ਮਜ਼ਰ ਰੱਖ ਕੇ ਪਹਿਲਾ ਦੇਣ ਆਪਣੇ ਮਸਲ ਨੂੰ ਜ਼ਰਾ ਆਪਾਂ ਹੱਥ ਪਾਵਾਂਗੇ ਵਜ਼ਨ ਚੱਕਾਂਗੇ ਬਿਲਕੁਲ ਲੋ ਵੇਲਟ ਤੇ ਕੋਦੇ ਦੇ ਆਪਾਂ ਜ਼ਰਾ ਐਕਸੈਸਰਾਈਜ਼ ਕਰਦੇ ਆਂ ਜਿੰਨਾ ਸਿਰ ਹੋਰੀਆਂ ਤੁਹਾਡੇ ਵਾਸਤੇ ਤੁਹਾਡੀ ਅੱ퍼 ਬਾਡੀ ਨੂੰ ਸਟਰੋਂਗ ਬਣਾਉਣਾ ਜ਼ਰੂਰੀ ਹੈ ਨਾ ਮਤਲਬ ਕਿ ਕੋਨੇ ਜ਼ਰੂਰੀ ਤੁਹਾਨੂੰ ਆਪਣੀ ਜਿਹੜੀ ਆ ਮੈਕਸ ਨੇ ਇਹਨਾਂ ਦੇ ਮਸਲਸ ਨੂੰ ਮਜ਼ਬੂਤ ਤੇ ਅੱਛਾ ਬਣਾਉਣਾ ਜ਼ਰੂਰੀ ਹੈ ਤਾਂ ਕਿ ਇਹ ਵੀ ਜਿਸਮ ਦਾ ਇੱਕ ਹਿੱਸਾ ਹੈ ਜਾਂ ਤੇ ਅਸਰ ਕਿ ਜਿੰਨਾ ਜ਼ਰੂਰੀ ਆ ਕੋਪਰ ਲਾਉਣਾ ਇਨਸ਼ਾ ਅੱਲਾਹ ਹੋਣੀ ਆਏ ਕੁਛ ਨਹੀਂ ਯਾਰ ਕੁਛ ਹੀ ਨਹੀਂ ਬਦਮਿਸ਼ਾ ਅਰੇ ਕੰਦਸਿਆ ਫੋਨ ਲਾਈਟ ਵੇਚ ਗਏ 1 ਆਵਰ ਲੇਟ ਲਓ ਜੀ ਪਹਿਲਾ ਦਿਨ ਸੇ ਸਾਡਾ ਮੇਰਾ ਵੀ ਮੇਰੇ ਭਾਈ ਦਾ ਦਿਨ ਹੋ ਗਿਆ ਕੰਪਲੀਟ तकरीबन ਅਸੀਂ ਕੋਈ 40 45 ਮਿੰਟ ਤੇ ਖਪੇ ਅਜ ਤੇ ਜਿੱਦਾਂ ਲੈ ਆਏ ਸੀ ਉਦਾਂ ਨੇ ਆਇਆ ਥੋੜਾ ਬਹੁਤ ਪਸੀਨਾ ਆਇਆ ਹੋਇਆ ਇਨਸ਼ਾਅੱਲਾ ਸਵੇਰ ਤੋਂ ਰੂਟੀਨ ਵਾਈਜ਼ ਦੇ ਹੁਣ ਆਪਾਂ ਚੱਲਦੇ ਆ ਯਾਰ ਵਾਪਸ ਸਕੂਲ ਸੇ ਮਿਲਖੇ ਆ ਕਿ ਵੀ ਪੀਨੇ ਆ ਫਾਰਮੈਲਿਟੀ ਜਿਮ ਵਾਲੀ ਪੂਰੀ ਕਰਨੀ ਕਿ ਨਹੀਂ ਯਾਰ ਕਿਉਂ ਭਾਈ ਹਾਂ ਹਾਂ ਮਿਲਖੇ ਪਲਾ ਰਹੇ ਆ ਚਲੋ

अच्छा खासा अंधेरा हो गया रात हो रही है मतलब के हुन पता नहीं ਤੁਹਾਨੂੰ ਹਨੇਰੇ ਦੀ ਸਮਝ ਆਏਗੀ ਕਿ ਨਹੀਂ ਵੀ ਹਨੇਰਾ ਕੀ ਹੁੰਦਾ ਕੀ ਕਰੀਏ ਭਾਈ ਪੰਜਾਬੀ ਭਾਈ ਬਰਦਾਸ਼ਤ ਕਰੋ ਹਾਂ ਹਨੇਰਾ ਅਸੀਂ ਯਾਰ ਪੰਜਾਬੀ ਚ ਨਾ ਅੰਧੇਰੇ ਨੂੰ ਕਹਿੰਦੇ ਹਾਂ ਮਤਲਬ ਕਿ ਥੋੜੀ ਜੀ ਡਾਰਕਨੈਸ ਨੂੰ ਅਸਲਾਮੁਅਲੈਕਮ ਸ਼ਾਹ ਜੀ ਵਾਲੇਕਮ ਸਲਾਮ ਆ ਗਿਆ ਮੇਰਾ ਯਾਰ ਆ ਗਿਆ ਸ਼ਾਹ ਜੀ ਜਿਮਾ ਜਿਮਾ ਲਾ ਕੇ ਸਟਾਈਲ ਤੇਰਾ ਸਟਾਈਲਿਸ਼ ਭਾਈ ਕਿੱਤੇ ਮੇਰਾ ਬਾਈ ਨੇ ਜਿਮ ਲਈ ਅੱਜ ਯਕੀਨ ਕਰ ਬਈ ਜਿਮ ਸ਼ਰਮ ਆ ਗਈ ਓਏ ਹੋਏ ਕਹਿੰਦੀ ਕੋਈ ਆਇਆ ਸੀ ਸਹੀ ਇਹ ਜੋ ਆਪਨੇ نکਾਲਾ ਹੋਇਆ ਇਸ ਖੁਦ ਦਿਨ ਕਰੇ ਸਹੀ ਹੈ ਸਾਹਿਬ ਜੀ ਆਪ ਵੀ ਜਾ ਕੇ ਜਿਮ ਹਮਾਰੇ ਸਾਥ ਇਨਸ਼ਾਅੱਲਾ ਯਾਰ ਇਨਸ਼ਾਅੱਲਾ ਅੱਛਾ ਯਾਰ ਇਹ ਨਾ ਅੱਜ ਹਮਨੇ ਔਰ ਸੋਰੀ ਸੋਰੀ ਓਏ ਯਾਰ ਮੈਂ ਭੁੱਲ ਗਿਆ ਸੀ ਮੈਂ ਪੰਜਾਬੀ ਚ ਬਣਾ ਰਿਹਾ ਸੀ ਵਲੌਗ ਚਲੋ ਖੈਰ ਪੰਜਾਬੀ ਦੀ ਇਹਨੂੰ ਵੀ ਸਮਝ ਆਉਂਦੀ ਹੈ ਤੇ ਸਾਹਿਬ ਜੀ ਨੂੰ ਵੀ ਸਮਝ ਆਉਂਦੀ ਹੈ ਵਲੌਗ ਬਣੇਗਾ ਇਦਾਂ ਹੈ ਯਾਰ ਅਸਸਤਾ ਯਾ ਜਗਾੜ ਵੀ ਚੈੱਕ ਕਰ ਲਓ ਸਾਡੇ ਯਾਰ ਦਾ ਇਹ ਕੀ ਹੋ ਰਿਹਾ ਭਾਜੀ ਜੀ ਦਰਅਸਲ ਸਰ ਹਮਾਰੇ ਸੈਟਲਾਈਟ ਹੋ ਗਈ ਖਰਾਬ ਕਮਰੇ ਦੀ ਅੱਛਾ ਤੇ ਅਸੀਂ ਸਾਡੇ ਨੂੰ ਬਾਪੂ ਸਾਹਿਬ ਨੂੰ ਕਹਦੇ ਲਾਈਟ ਬਨਵਾ ਦਿਓ ਲਓ ਜੀ ਉਹ ਲਾਈਟ ਚਲੀ ਗਈ ਹੈ ਸਾਡੇ ਕੁਆਰਟਰ ਦੀ ਇਸ ਕਰਕੇ ਮੋਬਾਈਲ ਨੂੰ ਇੱਥੇ ਪਾਂਸੀ ਦੇ ਦਿੱਤੀ ਗਈ ਹੈ ਤੇ ਯਾਰ ਅੱਜ ਤਾਂ ਸਾਨੂੰ ਤਾਂ ਬੜਾ ਮਜ਼ਾ ਆਇਆ ਅਸੀਂ ਜਿੰਮਸ਼ੇ ਮਲਾਈਏ ਸਾਡੀਆਂ ਡੋਲੀਆਂ ਹਲਕੇ ਹਲਕਿਆਂ ਦਰਦ ਕਰ ਰਹੀਆਂ ਏ ਤੇ ਸ਼ਾਹੀ ਜਰਾ ਪਿਆਰ ਮੁਹੱਬਤ ਨਾਲ ਸਿੰਧੀ ਜ਼ੁਬਾਨ ਦੇ ਵਿੱਚ ਕਹੋ ਵੀ ਵਲੌਗ ਅੱਛਾ ਲੱਗਾ ਤੇ ਇਹਨੂੰ ਜਰਾ ਲਾਈਕ ਸ਼ੇਰ ਕਰੋ ਯਾਰ ਜ਼ਿੰਦਗੀ ਚ ਕਹਣਾ ਹਾਂ ਸਿੰਧੀ ਹਾਂ ਸਿੰਧੀ ਮਾਣੋ ਨਾ ਹਾਂਜੀ ਯਾਰ ਮਿਹਰਬਾਨੀ ਕਰੇ ਦਾਢੀ ਸੁੱਠੀ ਮਿਹਨਤ ਕਰ ਤੋਦੋ ਠੀਕ ਆ ਇੰਜੇ ਲੋਕ ਕੇ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਜ਼ਰੂਰ ਕਰੋ ਯਾਰ ਸ਼ੇਅਰ ਦਾ ਮਾਸ ਦੋਸਤਾਂ ਕੋ ਸ਼ੇਅਰ ਕਰੋ ਦੋਸਤਾਂ ਕੇ ਸ਼ੇਅਰ ਕਰੋ ਠੀਕ ਹੈ ਠੀਕ ਹੈ ਬੋਲ ਦਿਓ ਸ਼ਾਹੀ ਜੀ ਨੇ ਕਿਹਾ ਵਾ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਜਿੰਨਾ ਜੀ ਹੋ ਸਕਦਾ ਹੈ ਨਹੀਂ 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 ਬੋਲੋ ਪੜੋ ਕੋਈ ਨੌਕਰੀ ਕਰੋ ਜਾਂ ਕਾਰੋਬਾਰ ਕਰੋ ਤੇ ਵਿਆਹ ਕਰਾਓ ਤੇ ਫੋਟੋ ਹੋ ਜਾਓ ਤੇ ਆਪਣਾ ਬਹੁਤ-ਬਹੁਤ ਰੱਖਿਓ ਖਿਆਲ ਤੇ ਸ਼ਾਹ ਜੀ ਦੀ ਗੱਲ ਤੇ ਕਰਨਾ ਅਮਲ ਤੇ ਮੈਨੂੰ ਤੇ ਮੇਰੇ ਬਾਈ ਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਕੱਲ ਫੇਰ ਆਪਾਂ ਜਿੰਮ ਵੀ ਜਾਵਾਂਗੇ ਤੇ ਫੇਰ ਤੁਹਾਨੂੰ ਮਿਲਸੀ ਦੀਆਂ ਹੋਰ ਵੀ ਗੱਲਾਂ ਬਾਤਾਂ ਤੇ ਕੋਈ ਜਗਾ ਸ਼ਗਾ ਦਿਖਾਵਾਂਗੇ ਤੇ ਅੱਜ ਤੱਕ ਅੱਜ ਦੇ ਵਾਸਤੇ ਫੇਰ ਇੰਨਾ ਕੁ ਸੀ ਤੇ ਵਾਵਾ ਸਾਰਾ ਪਿਆਰ ਤੇ ਲਵ ਯੂ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਅੱਲਾ ਫੀਦ ਬਾਏ ਬਾਏ ਮੇਰੀ ਜਾਨ ਦੇ ਟੋਟੇਓ